ਸੋ ਪਿਆਰਿਓ, ਆਓ ਅਸੀਂ ਮਾਂ ਮਰੀਅਮ ਦੀ ਸਿਫਾਰਿਸ਼ ਮੰਗਦੇ ਹੋਏ ਪਵਿੱਤਰ ਰੋਸਰੀ ਮਾਲਾ ਦਾ ਜਾਪ ਕਰਾਂਗੇ। ਆਓ ਅਸੀਂ ਇਸ ਪਵਿੱਤਰ ਰੋਸਰੀ ਮਾਲਾ ਦੇ ਜਾਪ ਦੁਆਰਾ ਪੂਰੇ ਵਿਸ਼ਵਾਸ ਨਾਲ ਯਿਸੂ ਮਸੀਹ ਪਾਵਨ ਦੀ ਮਾਂ ਮਰੀਅਮ ਦੁਆਰਾ ਆਪਣੇ ਆਪ ਨੂੰ, ਆਪਣੀ ਜ਼ਿੰਦਗੀ ਨੂੰ ਪ੍ਰਭੂ ਯਿਸੂ ਮਸੀਹ ਦੇ ਹੱਥਾਂ ਵਿੱਚ ਸਮਰਪਿਤ ਕਰੀਏ। ਪਿਆਰੀ ਯਿਸੂ, ਇਹ ਜੋ ਮੇਰਾ ਜੀਵਨ ਹੈ, ਤੁਹਾਡਾ ਦਿੱਤਾ ਹੋਇਆ ਵਰਦਾਨ ਹੈ ਪਿਆਰੀ ਯਿਸੂ। ਇਸ ਜੀਵਨ ਨੂੰ ਪਿਆਰੀ ਯਿਸੂ ਤੁਹਾਡੀ ਆਗਿਆ ਅਨੁਸਾਰ ਚਲਾਉਣ ਵਾਸਤੇ ਅੱਜ ਮੈਨੂੰ ਆਸ਼ੀਸ਼ ਪ੍ਰਦਾਨ ਕਰੋ। ਇਹ ਪਿਆਰੀ ਯਿਸੂ, ਜਿੰਨੇ ਵੀ ਭੈਣ ਭਰਾ ਤੁਹਾਡੇ ਹਜ਼ੂਰੀ ਵਿੱਚ ਆਏ ਹਨ ਅਤੇ ਜੋ ਭੈਣ ਭਰਾ ਇਸ ਸਮੇਂ ਸਫ਼ਰ ਦੇ ਵਿੱਚ ਤੁਹਾਡੇ ਚਰਨਾਂ ਵਿੱਚ ਆ ਰਹੇ ਹਨ, ਉਹਨਾਂ ਸਾਰਿਆਂ ਨੂੰ ਵੀ ਤੁਸੀਂ ਆਪਣੇ ਮਹਾਨ ਪਿਆਰ ਦੇ ਵਜੋਂ ਸਹੀ ਸਲਾਮਤ ਆਪਣੇ ਚਰਨਾਂ ਦੇ ਵਿੱਚ ਲੈ ਕੇ ਆਓ, ਤਾਂ ਕਿ ਜੋ ਭੈਣ ਭਰਾ ਵੀ ਸਹੀ ਸਲਾਮਤ ਤੁਹਾਡੇ ਚਰਨਾਂ ਵਿੱਚ ਪਹੁੰਚ ਕੇ ਤੁਹਾਡੇ ਨਾਮ ਦੀ ਉਸਤਤ ਅਤੇ ਵਡਿਆਈ ਕਰ ਸਕਣ। ਹੀ ਮਾਂ, ਮੇਰੀ ਮਾਂ, ਯਿਸੂ ਮਸੀਹ ਪਾਵਨ ਦੀ ਪਿਆਰੀ ਮਾਂ, ਆਏ ਹੋਏ ਅਤੇ ਆਉਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਸਾਰੀਆਂ ਆਸ਼ੀਸ਼ਾਂ ਅਤੇ ਬਰਕਤਾਂ ਮਿਲਣ ਵਾਸਤੇ, ਅੱਜ ਦੀ ਪ੍ਰਾਰਥਨਾ ਦੀ ਸਫਲਤਾ ਦੇ ਵਾਸਤੇ ਮਾਂ, ਤੁਸੀਂ ਆਪਣੇ ਪਿਆਰੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਸਿਫਾਰਿਸ਼ ਅਤੇ ਪ੍ਰਾਰਥਨਾ ਕਰੋ। ਅਸੀਂ ਦੁਆ ਮੰਗਦੇ ਹਾਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ, ਆਮੀਨ। ਹਾਲੇਲੂਯਾ, 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 ਹਾਲੇਲੂਯਾ। ਪਿਆਰਿਓ, ਆਓ ਅਸੀਂ ਹੁਣ ਸਾਰੇ ਮਿਲ ਕੇ ਪੂਰੇ ਵਿਸ਼ਵਾਸ ਨਾਲ, ਪੂਰੀ ਭਗਤੀ ਭਾਵਨਾ ਦੇ ਨਾਲ ਆਪਣਾ ਪੂਰਾ ਧਿਆਨ ਮਾਂ ਮਰੀਅਮ ਦੁਆਰਾ ਪ੍ਰਭੂ ਯਿਸੂ ਵੱਲ ਲਗਾਉਂਦੇ ਹੋਏ ਪਵਿੱਤਰ ਰੋਸਰੀ ਮਾਲਾ ਦਾ ਜਾਪ ਸ਼ੁਰੂ ਕਰਾਂਗੇ। ਬਾਪ ਅਤੇ ਬੇਟੇ ਅਤੇ ਪਾਕ ਦੇ ਨਾਮ ਤੇ, ਆਮੀਨ। ਰਸੂਲਾਂ ਦਾ ਕਲਮਾ, ਮੈਂ ਖੁਦਾ ਤੇ ਮਾਨ ਰੱਖਦੀ ਹਾਂ ਜਿਹੜਾ ਬਾਪਰੀ ਕੁਦਰਤ ਵਾਲਾ ਆਸਮਾਨ ਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ। ਮੈਂ ਯਿਸੂ ਮਸੀਹ ਤੇ ਮਾਨ ਰੱਖਦੀ ਹਾਂ ਜਿਹੜਾ ਸੇਖਲਾਤਾ ਬੇਟਾ ਅਤੇ ਸਾਡਾ ਖੁਦਾਵੰਦ ਹੈ। ਔਰ ਪਾਕ ਦੀ ਕੁਦਰਤ ਨਾਲ ਕੁਵਾਰੀ ਮਰੀਮ ਦੇ ਘਰ ਵਿੱਚ ਪਿਆ ਅਤੇ ਉਸਦਾ ਜੰਮਿਆ। ਉਸਨੇ 35 ਪਿਲਾ ਤੁਸਿਆਤ ਵਿੱਚ ਉਠਾਇਆ, ਸਲੀਬ ਤੇ ਚੜਾਇਆ ਗਿਆ, ਮਰ ਗਿਆ ਤੇ ਦੱਬਿਆ ਗਿਆ, ਬਰਜਕ ਵਿੱਚ ਆ ਉਤਰਿਆ, ਤੀਸਰੇ ਦਿਹਾੜੇ ਮੁਰਦਿਆਂ ਵਿੱਚ ਜੀ ਉੱਠਿਆ, ਆਸਮਾਨ ਤੇ ਚੜ ਗਿਆ, ਖੁਦਾ ਬਾਪਰੀ ਕੁਦਰਤ ਵਾਲੇ ਦੇ ਸੱਜੇ ਹੱਥ ਜਾ ਬੈਠਾ, ਜਿੱਥੋਂ ਜਿਉਂਦਾ ਤੇ ਮਰਦਾ ਦਾ ਇਨਸਾਫ ਕਰਨ ਲਈ ਫਿਰ ਆਵੇਗਾ। ਮੈਂ ਇਮਾਨ ਰੱਖਦੀਆਂ ਰੂਪਾਕ ਉੱਤੇ ਇੱਕ ਬਾਗਤ ਲਿਖ ਲਈ ਸਿਆ, ਪਾਕ ਲੋਕਾਂ ਦੀ ਸ਼ਰਾਕਤ, ਗੁਨਾਹ ਦੀ ਮਾਫੀ, ਜਿਸਮ ਦਾ ਜੀਠਣਾ ਹਮੇਸ਼ਾ ਦੀ ਜ਼ਿੰਦਗੀ ਉੱਤੇ, ਆਮੀਨ। ਇਹ ਸਾਡੇ ਬਾਪ ਜਿਹੜੇ ਤੋਂ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਜਾਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ, ਇਹ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ,
ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬਰਾਈ ਤੋਂ ਬਚਾ, ਆਮੀਨ। ਸਲਾਮੀ ਮਰੀਮ, ਫਸ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧੰਨ ਹੈ, ਨਾਲੇ ਧੰਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ, ਖੁਦਾ ਦੀ ਮਾਂ, ਅਸਾਂ ਬਿਨਾਂ ਕਰਨੀ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ, ਆਮੀਨ। ਸਲਾਮੀ ਮਰੀਮ, ਫਸ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧੰਨ ਹੈ, ਨਾਲੇ ਧੰਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ, ਖੁਦਾ ਦੀ ਮਾਂ, ਅਸਾਂ ਬਿਨਾਂ ਕਰਨੀ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ, ਆਮੀਨ। ਸਲਾਮੀ ਮਰੀਮ, ਫਸ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧੰਨ ਹੈ, ਨਾਲੇ ਧੰਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ, ਖੁਦਾ ਦੀ ਮਾਂ, ਅਸਾਂ ਬਿਨਾਂ ਕਰਨੀ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ, ਆਮੀਨ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੀ ਵਡਿਆਈ ਹੋਵੇ, ਜੈ ਵਡੋ ਸੁਨ ਤੇ ਹਮੇਸ਼ਾ ਵੀ ਗਿਆ, ਆਮੀਨ। ਮਹਿਮਾ ਦੇ ਪੰਜ ਭੇਦ, ਮਹਿਮਾ ਦਾ ਪਹਿਲਾ ਭੇਦ, ਪ੍ਰਭੂ ਯਿਸੂ ਮਸੀਹ ਦਾ ਮੁਰਤਿਆਂ ਵਿੱਚੋਂ ਜੀ ਉੱਠਣਾ। ਐ ਪਿਆਰੀ ਯਿਸੂ, ਅਸੀਂ ਇਹ ਭੇਦ ਪੜ੍ਹਨ ਦੁਆਰਾ ਅਸੀਂ ਆਪਣੇ ਯਿਸੂ ਮਸੀਹ ਪਾਵਾਂ ਨੂੰ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਹੇ ਯਿਸੂ ਜੀ, ਤੁਸੀਂ ਯਿਸੂ ਮਸੀਹ ਨੂੰ ਪਵਨ ਨੂੰ ਆਪਣੇ ਪਾਕ ਲਹੂ ਦੇ ਨਾਲ ਧੋ ਦਿਓ, ਅਤੇ ਯਿਸੂ ਮਸੀਹ ਪਵਨ ਦੀ ਸਫਲਤਾ ਦੇ ਵਾਸਤੇ ਅਸੀਂ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡੀ ਮਹਿਮਾ ਦੇ ਵਾਸਤੇ ਜਲਦੀ ਤੋਂ ਜਲਦੀ ਯਿਸੂ ਮਸੀਹ ਪਵਨ ਦੀ ਉਸਾਰੀ ਦਾ ਕੰਮ ਤੁਹਾਡੇ ਪਵਿੱਤਰ ਯਿਸੂ ਨਾਮ ਦੇ ਵਿੱਚ ਸ਼ੁਰੂ ਹੋ ਜਾਵੇ, ਤਾਂ ਕਿ ਜੋ ਬਹੁਤ ਸਾਰੇ ਭੈਣ ਭਰਾ ਤੁਹਾਡੇ ਚਰਨਾਂ ਵਿੱਚ ਆ ਕੇ ਰਹਿ ਕੇ ਤੁਹਾਡੇ ਨਾਮ ਦੀ ਉਸਤਤ ਅਤੇ ਵਡਿਆਈ ਕਰ ਸਕਣ। ਇਹ ਸਾਡੇ ਬਾਪ ਜਿਹੜੇ ਤੋਂ ਅਸਮਾਨ 'ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਛਾਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ 'ਤੇ ਪੂਰੀ ਹੁੰਦੀ ਹੈ, ਤੇ ਹੀ ਜ਼ਮੀਨ 'ਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਸਲਾਮੀ ਮਰੀਮ, ਫਸ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧੰਨ ਹੈ, ਨਾਲੇ ਧੰਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਬਿਨਾਂ ਕਰਨੀ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ, ਆਮੀਨ। ਸਲਾਮੀ ਮਰੀਮ, ਫਸ ਨਾਲ ਪ੍ਰੇ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧੰਨ ਹੈ, ਨਾਲੇ ਧੰਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਬਿਨਾਂ ਕਰਨੀ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ, ਆਮੀਨ। ਸਲਾਮੀ ਮਰੀਮ, ਫਸ ਨਾਲ ਪ੍ਰੇ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧੰਨ ਹੈ, ਨਾਲੇ ਧੰਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਬਿਨਾਂ ਕਰਨੀ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ, ਆਮੀਨ। ਸਲਾਮੀ ਮਰੀਮ, ਫਸ ਨਾਲ ਪ੍ਰੇ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧੰਨ ਹੈ, ਨਾਲੇ ਧੰਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਬਿਨਾਂ ਕਰਨੀ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ, ਆਮੀਨ। ਸਲਾਮੀ ਮਰੀਮ, ਫਸ ਨਾਲ ਪ੍ਰੇ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧੰਨ ਹੈ, ਨਾਲੇ ਧੰਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਬਿਨਾਂ ਕਰਨੀ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ, ਆਮੀਨ। ਸਲਾਮੀ ਮਰੀਮ, ਫਸ ਨਾਲ ਪ੍ਰੇ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧੰਨ ਹੈ, ਨਾਲੇ ਧੰਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਬਿਨਾਂ ਕਰਨੀ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ, ਆਮੀਨ। ਸਲਾਮੀ ਮਰੀਮ, ਫਸ ਨਾਲ ਪ੍ਰੇ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧੰਨ ਹੈ, ਨਾਲੇ ਧੰਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਬਿਨਾਂ ਕਰਨੀ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ, ਆਮੀਨ। ਸਲਾਮੀ ਮਰੀਮ, ਫਸ ਨਾਲ ਪ੍ਰੇ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧੰਨ ਹੈ, ਨਾਲੇ ਧੰਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਬਿਨਾਂ ਕਰਨੀ ਦੁਆ ਕਰ,
ਹੁਣ ਤੇ ਸਾਡੀ ਮੌਤ ਵੇਲੇ ਆਮੇਨ। ਸਲਾਮੀ ਮਰੀਮ ਫਸਤ ਨਾਲ ਪ੍ਰੇ ਖੁਦਾਵੰਦ ਤੇ ਨਾਲ ਹੈ ਦੁਆਰ ਤੋਂ ਚਤਨ ਹੈ ਨਾਲੇ ਤਨ ਹੈ ਤੇਰੀ ਕੋ ਖੁਦਾ ਫਲੀਸ ਐ ਜ਼ਤ ਮਰੀਮ ਖੁਦਾ ਦੀ ਮਾਂ ਅਸਮਨਾ ਕਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ ਆਮੇਨ। ਬਾਪ ਅਤੇ ਬੇਟੇ ਅਤੇ ਪਾਕ ਦੀ ਵਡਿਆਈ ਹੋਵੇ ਸ੍ਰੀ ਮਦੋ ਸਿੰਧ ਤੇ ਮੇਸ਼ਾ ਵੀ ਗਿਆ ਆਮੇਨ। ਐ ਮੇਰੇ ਨਹਾਇਤ ਮਿਹਰਬਾਨੀ ਇਸ ਸਾਡੀ ਗਨਾਹ ਸਾਨੂੰ ਮਾਫ ਕਰ ਨਰਕ ਦੀ ਅੱਗ ਤੋਂ ਸਾਨੂੰ ਬਚਾ ਸਭ ਰਾਜ ਸੈਗ ਵੱਲ ਖਿੱਚ ਲੈ ਖਾਸ ਕਰਕੇ ਉਹਨਾਂ ਨੂੰ ਜਿੱਤੇ ਰਹਿੰਦੇ ਪਤ ਡੋਡ ਵੰਦ ਹਨ ਆਮੇਨ। ਹਾਲੇਲੂਯਾ 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 ਸਾਰੇ ਭੈਣ ਭਰਾ ਯੇਸ ਨਾਮ ਦੇ ਵਿੱਚ ਖੜੇ ਹੋ ਜਾਈਏ। ਹਾਲੇਲੂਯਾ 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 ਪ੍ਰਭੂ ਯੇਸ ਐ ਪ੍ਰਭੂ ਯੇਸ ਸਾਨੂੰ ਆਸ਼ੀਸ਼ ਦਿਓ ਸਾਨੂੰ ਆਸ਼ੀਸ਼ ਦਿਓ ਸਾਰੇ ਮਿਲ ਕੇ ਹਾਲੇਲੂਯਾ ਹਾਲੇਲੂਯਾ ਆਪਣੇ ਦੋਨਾਂ ਹੱਥਾਂ ਨੂੰ ਪਰਠਾਉਂਦੇ ਹੋਏ ਹਾਲੇਲੂਯਾ ਹਾਲੇਲੂਯਾ ਆਪਣਾ ਪੂਰਾ ਧਿਆਨ ਪ੍ਰਭੂ ਯੇਸ ਵੱਲ ਲਗਾ ਕੇ ਹਾਲੇਲੂਯਾ 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 ਦੁਆਰਾ ਉੱਚੀ ਆਵਾਜ਼ ਨਾਲ ਤਾੜੀਆਂ ਵਜਾਉਂਦੇ ਹੋਏ ਪ੍ਰਭੂ ਯੇਸੂ ਦੇ ਉਸਤਤ ਅਥਵੜਿਆਈ ਕਰਾਂਗੇ। ਹਾਲੇਲੂਯਾ ਹਾਲੇਲੂਯਾ ਰਾਜਾ ਕਾ ਰਾਜਾ ਯੇਸੂ ਹਾਲੇਲੂਯਾ ਪ੍ਰਭੂ ਕਾ ਪ੍ਰਭੂ ਯੇਸੂ ਹਾਲੇਲੂਯਾ ਸਾਰੇ ਮਿਲ ਕੇ ਜੋਸ਼ ਨਾਲ ਤਾੜੀਆਂ ਵਜਾਉਂਦੇ ਹੋਏ ਰਾਜਾ ਕਾ ਰਾਜਾ ਯੇਸੂ ਹਾਲੇਲੂਯਾ ਪ੍ਰਭੂ ਕਾ ਪ੍ਰਭੂ ਯੇਸੂ ਹਾਲੇਲੂਯਾ ਰਾਜਾ ਕਾ ਰਾਜਾ ਯੇਸੂ ਹਾਲੇਲੂਯਾ ਪ੍ਰਭੂ ਕਾ ਪ੍ਰਭੂ ਯੇਸੂ ਹਾਲੇਲੂਯਾ
वाला यीशु हालेलुया। कृपा करने वाला यीशु हालेलुया। कृपा करने वाला यीशु हालेलुया। महिमा दा दूसरा भेद प्रभु यीशु मसीह दा स्वर्ग वल चढ़ जाना ऐ प्यारे यीशु असे भेद द्वारा याद करते हाँ उन्हें सारे भैन भरावां नूं जो भैन भरा बड़े विश्वास नाल हर दिन यीशु मसीह पवन विचों फोन द्वारा प्रार्थना की मांग करते हैं अते बहुत सारे भैन भरा हैं जो बेनती पत्र लिख के प्रार्थना की मांग करते हैं उन्हें सारे भैन भरावां नूं आशीष दो जो भी प्रभु जी उन्होंने जिंदगी दुख है बीमारी है परेशानी है आप तुसी प्रभु जी इस भेद नूं पढ़न द्वारा अपने पवित्र आत्मा छू के छुटकारे का वरदान प्रदान करो तेरी मर्जी जिस तरह आसमान ते पूरी हुंदी है जमीन उत्ते भी होवे साडी रोज़ रोटी आज संदे साडी कसूर सन माफ कर जिस तरह से अपने कसूर वरन माफ कर दे हां ਅਨੰਦ ਮਾਈਸ ਵਿੱਚ ਨਾ ਪਾਸ ਸਗੋਂ ਬ੍ਰਾਈਤ ਬਚਾ ਆਮੀਨ ਸਲਾਮ ਹੈ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ
ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ ਖੁਦਾ ਦੀ ਮਾਂ, ਅਸਵਨਾ ਗੱਲੀ ਦੁਆ ਕਰ, ਹੁਣ ਤੇ ਸਾਡੀ ਮੌਤ ਵੀ ਨੇ, ਆਮੀਨ। ਸਲਾਮੇ ਮਰੀਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ ਖੁਦਾ ਦੀ ਮਾਂ, ਅਸਵਨਾ ਗੱਲੀ ਦੁਆ ਕਰ, ਹੁਣ ਤੇ ਸਾਡੀ ਮੌਤ ਵੀ ਨੇ, ਆਮੀਨ। ਸਲਾਮੇ ਮਰੀਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ ਖੁਦਾ ਦੀ ਮਾਂ, ਅਸਵਨਾ ਗੱਲੀ ਦੁਆ ਕਰ, ਹੁਣ ਤੇ ਸਾਡੀ ਮੌਤ ਵੀ ਨੇ, ਆਮੀਨ। ਸਲਾਮੇ ਮਰੀਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ ਖੁਦਾ ਦੀ ਮਾਂ, ਅਸਵਨਾ ਗੱਲੀ ਦੁਆ ਕਰ, ਹੁਣ ਤੇ ਸਾਡੀ ਮੌਤ ਵੀ ਨੇ, ਆਮੀਨ। ਸਲਾਮੇ ਮਰੀਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ ਖੁਦਾ ਦੀ ਮਾਂ, ਅਸਵਨਾ ਗੱਲੀ ਦੁਆ ਕਰ, ਹੁਣ ਤੇ ਸਾਡੀ ਮੌਤ ਵੀ ਨੇ, ਆਮੀਨ। ਸਲਾਮੇ ਮਰੀਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ ਖੁਦਾ ਦੀ ਮਾਂ, ਅਸਵਨਾ ਗੱਲੀ ਦੁਆ ਕਰ, ਹੁਣ ਤੇ ਸਾਡੀ ਮੌਤ ਵੀ ਨੇ, ਆਮੀਨ। ਸਲਾਮੇ ਮਰੀਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ ਖੁਦਾ ਦੀ ਮਾਂ, ਅਸਵਨਾ ਗੱਲੀ ਦੁਆ ਕਰ, ਹੁਣ ਤੇ ਸਾਡੀ ਮੌਤ ਵੀ ਨੇ, ਆਮੀਨ। ਸਲਾਮੇ ਮਰੀਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ ਖੁਦਾ ਦੀ ਮਾਂ, ਅਸਵਨਾ ਗੱਲੀ ਦੁਆ ਕਰ, ਹੁਣ ਤੇ ਸਾਡੀ ਮੌਤ ਵੀ ਨੇ, ਆਮੀਨ। ਸਲਾਮੇ ਮਰੀਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ ਖੁਦਾ ਦੀ ਮਾਂ, ਅਸਵਨਾ ਗੱਲੀ ਦੁਆ ਕਰ, ਹੁਣ ਤੇ ਸਾਡੀ ਮੌਤ ਵੀ ਨੇ, ਆਮੀਨ। ਸਲਾਮੇ ਮਰੀਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ ਖੁਦਾ ਦੀ ਮਾਂ, ਅਸਵਨਾ ਗੱਲੀ ਦੁਆ ਕਰ, ਹੁਣ ਤੇ ਸਾਡੀ ਮੌਤ ਵੀ ਨੇ, ਆਮੀਨ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੀ ਵਡਿਆਈ ਹੋਵੇ, ਜੇ ਮਨੋ ਸਿਨ ਤੇ ਹਮੇਸ਼ਾ ਵੀ ਕੀ, ਆਮੀਨ। ਐ ਮੇਰੇ ਨਿਹਾਇਤ ਤੇ ਮਿਹਰਬਾਨੀ ਯਿਸੂ, ਸਾਡੀ ਗੁਨਾਹ ਸਾਨੂੰ ਮਾਫ ਕਰ, ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸਵਰਗ ਵੱਲ ਖਿੱਚ ਲੈ, ਖਾਸ ਕਰਕੇ ਉਹਨਾਂ ਨੂੰ ਜਿਹੜੇ ਰਹਿੰਦੇ ਬਹੁਤ ਲੋੜਵੰਦ ਹਨ, ਆਮੀਨ। ਹਾਲੇਲੂਯਾ, 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 ਧੰਨਵਾਦ ਕਰਦੇ ਹਾਂ, ਮਹਿਮਾ ਦਾ ਤੀਸਰਾ ਭੇਦ, ਰੂਹ ਪਾਕ ਦਾ ਰਸੂਲਾਂ ਉਤਰਨਾ। ਐ ਪਿਆਰੇ ਯਿਸੂ, ਅਸੀਂ ਇਹ ਭੇਦ ਪੜ੍ਹਨ ਦੁਆਰਾ ਅਸੀਂ ਆਪਣੇ ਮਾਣਯੋਗ ਫਾਦਰ ਬੇਸਿਲ ਜੀ ਨੂੰ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਪਿਆਰੇ ਯਿਸੂ, ਅੱਜ ਦੇ ਪਵਿੱਤਰ ਪਾਕ ਵਾਸਤੇ, ਕੁਰਬਾਨੀ ਚੜਾਉਣ ਵਾਸਤੇ, ਤੁਹਾਡਾ ਪਵਿੱਤਰ ਵਚਨ ਸੁਣਾਉਣ ਦੇ ਲਈ ਫਾਦਰ ਜੀ ਦੇ ਗਲੇ ਨੂੰ ਆਪਣੇ ਪਵਿੱਤਰ ਹੱਥਾਂ ਛੂ ਕੇ ਮੱਸਾ ਕਰੋ। ਪਿਆਰੇ ਯਿਸੂ, ਫਾਦਰ ਜੀ ਦੇ ਦੁਆਰਾ
ਅੱਜ ਆਉਣ ਵਾਲੇ ਸਾਰੇ ਭੈਣ ਭਰਾਵਾਂ ਦੀ ਜ਼ਿੰਦਗੀ ਵਿੱਚ ਚਮਤਕਾਰ ਕਰੋ ਅਤੇ ਬਹੁਤ ਸਾਰੇ ਭੈਣ ਭਰਾਵਾਂ ਦੀ ਜ਼ਿੰਦਗੀ ਬਾਰੇ ਫਾਦਰ ਜੀ ਨੂੰ ਯਿਸੂ ਮਸੀਹ ਪਾਵਨ ਦੀ ਮਾਂ ਮਰੀਮ ਦੁਆਰਾ ਬਹੁਤ ਸਾਰੇ ਸੰਦੇਸ਼ ਪ੍ਰਦਾਨ ਕਰੋ। ਐ ਸਾਡੇ ਬਾਪ ਜਿਹੜੇ ਤੂੰ ਅਸਮਾਨ 'ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ 'ਤੇ ਪੂਰੀ ਹੁੰਦੀ ਹੈ ਤੇ ਜ਼ਮੀਨ 'ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਆਵੇਂ ਮਰੀਮ ਫਜ਼ਨਾ ਭਰੀਏ, ਖੁਦਾਵੰਦ ਤੇਰੇ ਨਾਲ ਹੈ, ਤੁਹਾਡਾ ਵਿੱਚ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ। ਆਵੇਂ ਸਰਾਵੇਂ ਮਰੀਮ ਫਜ਼ਨਾ ਭਰੀਏ, ਖੁਦਾਵੰਦ ਤੇਰੇ ਨਾਲ ਹੈ, ਤੁਹਾਡਾ ਵਿੱਚ ਧਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ। ਆਵੇਂ ਆਵੇਂ ਮਰੀਮ ਫਜ਼ਨਾ ਭਰੀਏ, ਖੁਦਾਵੰਦ ਤੇਰੇ ਨਾਲ ਹੈ, ਤੁਹਾਡਾ ਵਿੱਚ ਧਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ। ਆਵੇਂ ਆਵੇਂ ਮਰੀਮ ਫਜ਼ਨਾ ਭਰੀਏ, ਖੁਦਾਵੰਦ ਤੇਰੇ ਨਾਲ ਹੈ, ਤੁਹਾਡਾ ਵਿੱਚ ਧਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ। ਆਵੇਂ ਸਰਾਵੇਂ ਮਰੀਮ ਫਜ਼ਨਾ ਭਰੀਏ, ਖੁਦਾਵੰਦ ਤੇਰੇ ਨਾਲ ਹੈ, ਤੁਹਾਡਾ ਵਿੱਚ ਧਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ। ਆਵੇਂ ਆਵੇਂ ਮਰੀਮ ਫਜ਼ਨਾ ਭਰੀਏ, ਖੁਦਾਵੰਦ ਤੇਰੇ ਨਾਲ ਹੈ, ਤੁਹਾਡਾ ਵਿੱਚ ਧਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ। ਆਵੇਂ ਆਵੇਂ ਮਰੀਮ ਫਜ਼ਨਾ ਭਰੀਏ, ਖੁਦਾਵੰਦ ਤੇਰੇ ਨਾਲ ਹੈ, ਤੁਹਾਡਾ ਵਿੱਚ ਧਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ। ਆਵੇਂ ਆਵੇਂ ਮਰੀਮ ਫਜ਼ਨਾ ਭਰੀਏ, ਖੁਦਾਵੰਦ ਤੇਰੇ ਨਾਲ ਹੈ, ਤੁਹਾਡਾ ਵਿੱਚ ਧਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ। ਆਵੇਂ ਸਲਾਮੇ ਮਰੀਮ ਫਜ਼ਨਾ ਭਰੀਏ, ਖੁਦਾਵੰਦ ਤੇਰੇ ਨਾਲ ਹੈ, ਤੁਹਾਡਾ ਵਿੱਚ ਧਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ। ਆਵੇਂ ਆਵੇਂ ਮਰੀਮ ਫਜ਼ਨਾ ਭਰੀਏ, ਖੁਦਾਵੰਦ ਤੇਰੇ ਨਾਲ ਹੈ, ਤੁਹਾਡਾ ਵਿੱਚ ਧਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ। ਆਵੇਂ ਬਾਪ ਦੇ ਬੇਟੇ ਤੇਰੇ ਪਾਕ ਦੀ ਵਡਿਆਈ ਹੋਵੇ, ਜਿਹੜੀ ਮੁੰਡੋ ਸੀ ਉਹ ਤੇ ਹਮੇਸ਼ਾ ਹੋਵੇਗੀ। ਆਵੇਂ ਐ ਮੇਰੇ ਨਹਾਇਤ ਮਿਹਰਬਾਨੀ, ਸਾਰੇ ਗੁਨਾਹ ਸਾਨੂੰ ਮਾਫ਼ ਕਰ, ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਰੋਹ ਨੂੰ ਸਰਗ ਵੱਲ ਖਿੱਚ ਲੈ, ਖਾਸ ਕਰਕੇ ਉਹਨਾਂ ਨੂੰ ਜਿਹੜੇ ਰਹਿੰਦੇ ਬਹੁਤ ਲੋੜਵੰਦ ਹਨ। ਆਮੀਨ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯਿਸੂ ਨਾਮ ਦੇ ਵਿੱਚ ਖੜੀ ਹੋ ਜਾਏ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਇਸ ਕੋਲ ਆਸ਼ੀਸ਼ ਲੈਣ ਵਾਸਤੇ ਹਾਲੇਲੂਇਆ, ਹਾਲੇਲੂਇਆ। ਪ੍ਰਭੂ ਇਸ ਦੇ ਮਹਿਮਾ ਵਾਸਤੇ ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ, 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 ਹਾਲੇਲੂਇਆ। ਦਰਸ਼ਨ ਦੋ
ਚੌਥਾ ਭੇਦ ਤਨ ਕੁਆਰੀ ਮਾਂ ਮਰੀਅਮ ਦਾ ਸਵਰਗ ਵੱਲ ਉਠਾਈ ਜਾਣਾ। ਹੀ ਪਿਆਰੀ ਮਾਂ ਮਰੀਅਮ, ਅਸੀਂ ਇਹ ਭੇਦ ਪੜ੍ਹਨ ਦੁਆਰਾ ਪ੍ਰਾਰਥਨਾ ਕਰਦੇ ਹਾਂ ਉਹਨਾਂ ਸਾਰੇ ਭੈਣ ਭਰਾਵਾਂ ਦੇ ਵਾਸਤੇ ਜੋ ਭੈਣ ਭਰਾ ਬੜੇ ਵਿਸ਼ਵਾਸ ਨਾਲ ਯਿਸੂ ਮਸੀਹ ਪਵਨ ਦੇ ਹਰ ਇੱਕ ਕੰਮ ਦੇ ਲਈ ਆਪਣੇ ਨੇਕ ਕਮਾਈ ਦੇ ਵਿੱਚੋਂ ਦਾਨ ਦਿੰਦੇ ਹਨ। ਉਹਨਾਂ ਦੇ ਦਾਨ ਦੇਣ ਦੁਆਰਾ ਯਿਸੂ ਮਸੀਹ ਪਵਨ ਦੀ ਮਦਦ ਅਤੇ ਸਹਾਇਤਾ ਕਰਨ ਦੇ ਨਾਲ ਉਹਨਾਂ ਸਾਰੇ ਭੈਣ ਭਰਾਵਾਂ ਦੀ ਜ਼ਿੰਦਗੀ ਵਿੱਚ ਉਹਨਾਂ ਦੀਆਂ ਲੋੜਾਂ ਦੇ ਅਨੁਸਾਰ ਤੁਸੀਂ ਆਪਣੇ ਪਿਆਰੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਸਿਫਾਰਸ਼ ਅਤੇ ਪ੍ਰਾਰਥਨਾ ਕਰੋ। ਐ ਸਾਡੇ ਬਾਪ ਜਿਹੜਾ ਅਸਮਾਨ 'ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ 'ਤੇ ਪੂਰੀ ਹੁੰਦੀ ਹੈ, ਜ਼ਮੀਨ 'ਤੇ ਵੀ ਹੋਵੇ। ਸਾਡੇ ਰੋਜ਼ ਰੋਟੀਆਂ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਸਾਨੂੰ ਜਮਾਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਆਮੀਨ। ਸਲਾਮੇ ਮਰੀਅਮ, ਫਸਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਅਮ, ਖੁਦਾ ਦੀ ਮਾਂ, ਅਸਵਨਾ ਕਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਅਮ, ਫਸਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਅਮ, ਖੁਦਾ ਦੀ ਮਾਂ, ਅਸਵਨਾ ਕਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਅਮ, ਫਸਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਅਮ, ਖੁਦਾ ਦੀ ਮਾਂ, ਅਸਵਨਾ ਕਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਅਮ, ਫਸਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਅਮ, ਖੁਦਾ ਦੀ ਮਾਂ, ਅਸਵਨਾ ਕਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਅਮ, ਫਸਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਅਮ, ਖੁਦਾ ਦੀ ਮਾਂ, ਅਸਵਨਾ ਕਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਅਮ, ਫਸਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਅਮ, ਖੁਦਾ ਦੀ ਮਾਂ, ਅਸਵਨਾ ਕਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਅਮ, ਫਸਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਅਮ, ਖੁਦਾ ਦੀ ਮਾਂ, ਅਸਵਨਾ ਕਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਅਮ, ਫਸਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਅਮ, ਖੁਦਾ ਦੀ ਮਾਂ, ਅਸਵਨਾ ਕਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਅਮ, ਫਸਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਅਮ, ਖੁਦਾ ਦੀ ਮਾਂ, ਅਸਵਨਾ ਕਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਅਮ, ਫਸਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਅਮ, ਖੁਦਾ ਦੀ ਮਾਂ, ਅਸਵਨਾ ਕਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੇ ਮਰੀਅਮ, ਫਸਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਅਮ, ਖੁਦਾ ਦੀ ਮਾਂ, ਅਸਵਨਾ ਕਰ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੀ ਵਡਿਆਈ ਹੋਵੇ, ਜਿਹੜੀ ਮਨੋ ਜੀਵਨ ਤੇ ਹਮੇਸ਼ਾ ਵੀ ਗਿਆ। ਆਮੀਨ। ਐ ਮੇਰੇ ਨਹਾਇਤ ਮਿਹਰਬਾਨ ਯਿਸੂ, ਸਾਡੇ ਗੁਨਾਹ ਸਾਨੂੰ ਮਾਫ ਕਰ, ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸਗਵਲ ਖਿੱਚ ਲੈ,
ਖਾਸ ਕਰਕੇ ਉਹਨਾਂ ਨੂੰ ਜਿਹੜੇ ਰਹਿਮ ਦੇ ਵੱਧ ਲੋੜਵੰਦ ਹਨ। ਆਮੀਨ। ਹਾਲੇਲੂਯਾ ਹਾਲੇਲੂਯਾ। ਸਾਰੇ ਮਿਲ ਕੇ ਹਾਲੇਲੂਯਾ ਹਾਲੇਲੂਯਾ। ਆਪਣੇ ਹੱਥਾਂ ਨੂੰ ਉਠਾਉਂਦੇ ਹੋਏ ਹਾਲੇਲੂਯਾ ਹਾਲੇਲੂਯਾ। ਪ੍ਰਭੂ ਯੇਸ਼ੂ ਦੀ ਮਹਿਮਾ ਵਾਸਤੇ ਹਾਲੇਲੂਯਾ ਹਾਲੇਲੂਯਾ। ਪ੍ਰਭੂ ਯੇਸ਼ੂ ਪ੍ਰਭੂ ਯੇਸ਼ੂ ਆਸ਼ੀਸ਼ ਦਿਓ ਸਾਨੂੰ ਆਸ਼ੀਸ਼ ਦਿਓ। ਪ੍ਰਭੂ ਯੇਸ਼ੂ ਪ੍ਰਭੂ ਯੇਸ਼ੂ ਬਰਕਤ ਦਿਓ ਸਾਨੂੰ ਬਰਕਤ ਦਿਓ। ਪ੍ਰਭੂ ਯੇਸ਼ੂ ਪ੍ਰਭੂ ਯੇਸ਼ੂ ਕਾਰ ਵਿੱਚ ਆ ਜਾਓ ਸਾਡੇ ਘਰ ਵਿੱਚ ਆ ਜਾਓ। ਪ੍ਰਭੂ ਯੇਸ਼ੂ ਪ੍ਰਭੂ ਯੇਸ਼ੂ ਸਾਡੇ ਪਰਿਵਾਰ ਵਿੱਚ ਆ ਜਾਓ ਸਾਡੇ ਪਰਿਵਾਰ ਵਿੱਚ ਆ ਜਾਓ। ਹਾਲੇਲੂਯਾ 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 ਹਾਲੇਲੂਯਾ। ਪ੍ਰਭੂ ਯੇਸ਼ੂ ਪ੍ਰਭੂ ਯੇਸ਼ੂ ਮੇਰੇ ਵਿਸ਼ਵਾਸ ਨੂੰ ਮਜ਼ਬੂਤ ਕਰੋ ਮੇਰੇ ਵਿਸ਼ਵਾਸ ਨੂੰ ਮਜ਼ਬੂਤ ਕਰੋ। ਪ੍ਰਭੂ ਯੇਸ਼ੂ ਪ੍ਰਭੂ ਯੇਸ਼ੂ ਪ੍ਰਾਰਥਨਾ ਕਰਨ ਦਾ ਵਰਦਾਨ ਦਿਓ ਸਾਨੂੰ ਪ੍ਰਾਰਥਨਾ ਕਰਨ ਦਾ ਵਰਦਾਨ ਦਿਓ। ਹਾਲੇਲੂਯਾ 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 ਹਾਲੇਲੂਯਾ। ਮਹਿਮਾ ਦਾ ਪੰਜਵਾਂ ਭੇਦ ਤਨ ਕੁਆਰੀ ਮਾਮਰੀਅਮ ਨੂੰ ਸਵਰਗ ਵਿੱਚ ਤਾਜ ਮਿਲਣਾ। ਹੇ ਪਿਆਰੀ ਮਾਮਰੀਅਮ, ਅਸੀਂ ਇਹ ਭੇਦ ਪੜ੍ਹਨ ਦੁਆਰਾ ਪ੍ਰਾਰਥਨਾ ਕਰਦੇ ਹਾਂ ਸਾਰੇ ਬਿਮਾਰ ਭੈਣ ਭਰਾਵਾਂ ਦੀ ਚੰਗਿਆਈ ਵਾਸਤੇ, ਖਾਸ ਕਰ ਜਿੰਨੇ ਵੀ ਭੈਣ ਭਰਾ ਤੁਹਾਡੇ ਚਰਨਾਂ ਵਿੱਚ ਦੁਖੀ ਅਤੇ ਬਿਮਾਰ ਆਪਣੇ ਸਿਰਾਂ ਨੂੰ ਚੁਕਾਈ ਬੈਠੇ ਹਨ। ਪਿਆਰੀ ਮਾਮਰੀਅਮ, ਇਹਨਾਂ ਸਾਰਿਆਂ ਨੂੰ ਇਹਨਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੋਂ ਚੰਗਿਆਈ ਦਾ ਵਰਦਾਨ ਮਿਲਣ ਵਾਸਤੇ ਮਾਮਰੀਅਮ, ਤੁਸੀਂ ਆਪਣੇ ਪਿਆਰੇ ਬੇਟੇ ਪ੍ਰਭੂ ਯੇਸ਼ੂ ਮਸੀਹ ਦੇ ਅੱਗੇ ਸਿਫਾਰਸ਼ ਅਤੇ ਪ੍ਰਾਰਥਨਾ ਕਰੋ। ਇਹ ਸਾਡੇ ਬਾਪ ਜਿਹੜੇ ਤੋਂ ਅਸਮਾਨ 'ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ 'ਤੇ ਪੂਰੀ ਹੁੰਦੀ ਹੈ ਤੇ ਜ਼ਮੀਨ 'ਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਆਮੀਨ। ਸਲਾਮੀ ਮਰੀਅਮ, ਫਸਲ ਨਾਲ ਪੂਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧਨ ਹੈ, ਨਾਲੇ ਧਨ ਹੈ ਤੇਰੀ ਖੁਦਾ ਫਲ ਯੇਸ਼ੂ। ਐ ਮਰੀਅਮ, ਖੁਦਾ ਦੀ ਮਾਂ, ਸਮਰਾ ਗੈਲੀ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੀ ਮਰੀਅਮ, ਫਸਲ ਨਾਲ ਪੂਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧਨ ਹੈ, ਨਾਲੇ ਧਨ ਹੈ ਤੇਰੀ ਖੁਦਾ ਫਲ ਯੇਸ਼ੂ। ਮਰੀਅਮ, ਖੁਦਾ ਦੀ ਮਾਂ, ਸਭਨਾ ਗੱਲੀ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੀ ਮਰੀਅਮ, ਫਸਲ ਨਾਲ ਪ੍ਰੇ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧਨ ਹੈ, ਨਾਲੇ ਧਨ ਹੈ ਤੇਰੀ ਖੁਦਾ ਫਲ ਯੇਸ਼ੂ। ਮਰੀਅਮ, ਖੁਦਾ ਦੀ ਮਾਂ, ਸਭਨਾ ਗੱਲੀ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੀ ਮਰੀਅਮ, ਫਸਲ ਨਾਲ ਪ੍ਰੇ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧਨ ਹੈ, ਨਾਲੇ ਧਨ ਹੈ ਤੇਰੀ ਖੁਦਾ ਫਲ ਯੇਸ਼ੂ। ਮਰੀਅਮ, ਖੁਦਾ ਦੀ ਮਾਂ, ਸਭਨਾ ਗੱਲੀ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੀ ਮਰੀਅਮ, ਫਸਲ ਨਾਲ ਪ੍ਰੇ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧਨ ਹੈ, ਨਾਲੇ ਧਨ ਹੈ ਤੇਰੀ ਖੁਦਾ ਫਲ ਯੇਸ਼ੂ। ਮਰੀਅਮ, ਖੁਦਾ ਦੀ ਮਾਂ, ਸਭਨਾ ਗੱਲੀ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੀ ਮਰੀਅਮ, ਫਸਲ ਨਾਲ ਪ੍ਰੇ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧਨ ਹੈ, ਨਾਲੇ ਧਨ ਹੈ ਤੇਰੀ ਖੁਦਾ ਫਲ ਯੇਸ਼ੂ। ਮਰੀਅਮ, ਖੁਦਾ ਦੀ ਮਾਂ, ਸਭਨਾ ਗੱਲੀ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੀ ਮਰੀਅਮ, ਫਸਲ ਨਾਲ ਪ੍ਰੇ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧਨ ਹੈ, ਨਾਲੇ ਧਨ ਹੈ ਤੇਰੀ ਖੁਦਾ ਫਲ ਯੇਸ਼ੂ। ਮਰੀਅਮ, ਖੁਦਾ ਦੀ ਮਾਂ, ਸਭਨਾ ਗੱਲੀ ਦੁਆ ਕਰ ਹੁਣ ਤੇ ਸਾਡੀ ਮੌਤ ਵੇਲੇ। ਆਮੀਨ। ਸਲਾਮੀ ਮਰੀਅਮ, ਫਸਲ ਨਾਲ ਪ੍ਰੇ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧਨ ਹੈ, ਨਾਲੇ ਧਨ ਹੈ ਤੇਰੀ ਖੁਦਾ ਫਲ ਯੇਸ਼ੂ। ਮਰੀਅਮ, ਖੁਦਾ ਦੀ ਮਾਂ, ਸਭਨਾ ਗੱਲੀ ਦੁਆ ਕਰ
ਹੁਣ ਤੇ ਸਾਡੀ ਮੌਤ ਵੇਲੇ ਆਮੀਨ। ਸਲਾਮੀ ਮਰੀਮ ਫਸਟ ਨਾਲ ਪ੍ਰੇ ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ ਖੁਦਾ ਦੀ ਮਾਂ, ਸਭ ਨਾ ਕਰਲੀ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ ਆਮੀਨ। ਸਲਾਮੀ ਮਰੀਮ ਫਸਟ ਨਾਲ ਪ੍ਰੇ ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਸੰਤ ਮਰੀਮ ਖੁਦਾ ਦੀ ਮਾਂ, ਸਭ ਨਾ ਕਰਲੀ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ ਆਮੀਨ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੀ ਵਡਿਆਈ ਹੋਵੇ, ਜਿਹੜੀ ਬੜੋ ਸਿਰ ਤੇ ਹਮੇਸ਼ਾ ਆਵੇਗੀ ਆਮੀਨ। ਐ ਮੇਰੇ ਨਹਾਇਤ ਮਿਹਰਬਾਨ ਯਿਸੂ, ਸਾਡੇ ਗੁਨਾਹ ਸਾਨੂੰ ਮਾਫ ਕਰ, ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਗੁਨਾਹਾਂ ਨੂੰ ਸਹਿਗ ਵੱਲ ਖਿੱਚ ਲੈ, ਖਾਸ ਕਰਕੇ ਉਹਨਾਂ ਨੂੰ ਜਿਹੜੇ ਰਹਿੰਦੇ ਬਹੁਤ ਲੋੜਵੰਦ ਹਨ। ਅਸੀਂ ਪ੍ਰਾਰਥਨਾ ਕਰੀਏ, ਐ ਖੁਦਾ ਜੋ ਆਪਣੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਜੀਵਨ ਮੌਤ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਨਾਲ ਦੁਨੀਆਂ ਨੂੰ ਰਾਜ਼ੀ ਕਰਨ ਲਈ ਮਿਹਰਬਾਨ ਹੋਇਆ, ਬਖਸ਼ ਦੇ ਗਏ ਦੀ ਕੁਆਰੀ ਮਾਂ ਮਰੀਮ ਦੀ ਸਿਫਾਰਸ਼ ਨਾਲ ਅਸੀਂ ਉਹਦੀ ਪਾਕ ਰੋਜ਼ਰੀ ਦੇ ਭੇਦਾਂ ਉੱਤੇ ਧਿਆਨ ਲਗਾਉਂਦੇ ਹੋਏ ਜੋ ਕੁਝ ਉਹ ਸਾਨੂੰ ਸਿਖਾਉਂਦੇ ਹਨ ਉਹਦੇ ਉੱਤੇ ਅਮਲ ਕਰੀਏ, ਜਿਸ ਦਾ ਵਾਅਦਾ ਕਰਦੇ ਹਨ ਉਸ ਨੂੰ ਹਾਸਲ ਕਰੀਏ, ਉਸੇ ਸਾਡੀ ਪ੍ਰਭੂ ਯਿਸੂ ਮਸੀਹ ਨਾਮ 'ਤੇ ਆਮੀਨ। ਸਰਪਣ ਭਰਾ ਇਸ ਨਾਮ ਦੇ ਵਿੱਚ ਗੁੱਟਨੇ ਟਿਕੇ, ਆਓ ਅਸੀਂ ਸਾਰੇ ਮਿਲ ਕੇ ਤਨ ਕੁਆਰੀ ਮਾਂ ਮਰੀਮ ਦੀਆਂ ਲਤਾਨੀਆਂ ਪੜਾਂਗੇ। ਸੋ ਸਰਪਣ ਭਰਾ ਪੂਰੇ ਵਿਸ਼ਵਾਸ ਨਾਲ ਗੁੱਟਨੇ ਟਿਕੀਏ, ਤਨ ਕੁਆਰੀ ਮਾਂ ਮਰੀਮ ਦੀਆਂ ਲਤਾਨੀਆਂ। ਐ ਰੱਬਾ ਦਿਆ ਕਰ, ਐ ਰੱਬਾ ਦਿਆ ਕਰ, ਐ ਮਸੀਹਾ ਦਿਆ ਕਰ, ਐ ਮਸੀਹਾ ਦਿਆ ਕਰ, ਐ ਰੱਬਾ ਦਿਆ ਕਰ, ਐ ਰੱਬਾ ਦਿਆ ਕਰ, ਐ ਮਸੀਹਾ ਸਾਡੀ ਬੇਨਤੀ ਨੂੰ ਸੁਣ, ਐ ਮਸੀਹਾ ਸਾਡੀ ਬੇਨਤੀ ਨੂੰ ਕਬੂਲ ਕਰ, ਐ ਖੁਦਾ ਬਾਪ ਸਵਰਗ ਦੇ ਸਾਡੇ ਉੱਤੇ ਦਿਆ ਕਰ, ਐ ਖੁਦਾ ਬੇਟੇ ਦੁਨੀਆਂ ਦੇ ਮੁਕਤੀ ਦਾਤੇ ਸਾਡੇ ਉੱਤੇ ਦਿਆ ਕਰ, ਐ ਖੁਦਾ ਰੂਪਾ ਸਾਡੇ ਉੱਤੇ ਦਿਆ ਕਰ, ਪਾਕ ਤਸਲੀ ਸੇ ਖੁਦਾ ਸਾਡੇ ਉੱਤੇ ਦਿਆ ਕਰ, ਐ ਸੰਤਨੀ ਮਰੀਮ ਸਾਡੇ ਲਈ ਦੁਆ ਕਰ, ਪਾਕ ਮਾਂ ਖੁਦਾ ਸਾਡੇ ਲਈ ਦੁਆ ਕਰ, ਕੁਆਰੀ ਕੁਆਰੀਆਂ ਦੀ ਸਾਡੇ ਲਈ ਦੁਆ ਕਰ, ਐ ਮਾਂ ਮਸੀਹ ਦੀ ਸਾਡੇ ਲਈ ਦੁਆ ਕਰ, ਮਾਂ ਖੁਦਾਈ ਫਜ਼ਲ ਦੀ ਸਾਡੇ ਲਈ ਦੁਆ ਕਰ, ਅਤੀ ਪਵਿੱਤਰ ਮਾਂ ਸਾਡੇ ਲਈ ਦੁਆ ਕਰ, ਅਤੀ ਨਿਰਮਲ ਮਾਂ ਸਾਡੇ ਲਈ ਦੁਆ ਕਰ, ਅਤੀ ਬੇਦਾਗ ਮਾਂ ਸਾਡੇ ਲਈ ਦੁਆ ਕਰ, ਸਦਾ ਕੁਆਰੀ ਮਾਂ ਸਾਡੇ ਲਈ ਦੁਆ ਕਰ, ਐ ਹਰਮਨ ਪਿਆਰੀ ਮਾਂ ਸਾਡੇ ਲਈ ਦੁਆ ਕਰ, ਐ ਸਲਾਹੁਣ ਯੋਗ ਮਾਂ ਸਾਡੇ ਲਈ ਦੁਆ ਕਰ, ਮਾਂ ਨੇਕ ਸਲਾਹ ਦੀ ਸਾਡੇ ਲਈ ਦੁਆ ਕਰ, ਮਾਂ ਸਿਰਜਣਹਾਰ ਦੀ ਸਾਡੇ ਲਈ ਦੁਆ ਕਰ, ਮਾਂ ਮੁਕਤੀ ਦਾਤੇ ਦੀ ਸਾਡੇ ਲਈ ਦੁਆ ਕਰ, ਮਾਂ ਕਲੀਸਿਆ ਦੀ ਸਾਡੇ ਲਈ ਦੁਆ ਕਰ, ਅਤੀ ਛਕਸ ਕੁਆਰੀ ਸਾਡੇ ਲਈ ਦੁਆ ਕਰ, ਮਾਂ ਨਿਯੋਗ ਕੁਆਰੀ ਸਾਡੇ ਲਈ ਦੁਆ ਕਰ, ਸ਼ਕਤੀਮਾਨ ਕੁਆਰੀ ਸਾਡੇ ਲਈ ਦੁਆ ਕਰ, ਦਿਆਲੂ ਕੁਆਰੀ ਸਾਡੇ ਲਈ ਦੁਆ ਕਰ, ਧਰਮੀ ਕੁਆਰੀ ਸਾਡੇ ਲਈ ਦੁਆ ਕਰ, ਸ਼ਿਸ਼ੇ ਨਿਆਲ ਦੀ ਸਾਡੇ ਲਈ ਦੁਆ ਕਰ, ਦਨਾਈ ਦੀ ਸਾਡੇ ਲਈ ਦੁਆ ਕਰ, ਸਭ ਸਾਡੀ ਖੁਸ਼ੀ ਦੀ ਸਾਡੇ ਲਈ ਦੁਆ ਕਰ, ਰੂਹਾਨੀ ਪੰਡਾ ਸਾਡੇ ਲਈ ਦੁਆ ਕਰ, ਭਗਤੀ ਉੱਤਮ ਪੰਡਾ ਸਾਡੇ ਲਈ ਦੁਆ ਕਰ, ਭੇਦ ਵਾਲੇ ਗੁਲਾ ਸਾਡੇ ਲਈ ਦੁਆ ਕਰ, ਬੁਰਜ ਦਾਉ ਦੀ ਸਾਡੇ ਲਈ ਦੁਆ ਕਰ, ਬੁਰਜ ਹਾਤੀਦਾਨ ਦੀ ਸਾਡੇ ਲਈ ਦੁਆ ਕਰ, ਸੁਨਹਿਰੀਏ ਕਰ ਸਾਡੇ ਲਈ ਦੁਆ ਕਰ, ਸੰਦੂਕ ਨੇਮ ਦੀ ਸਾਡੇ ਲਈ ਦੁਆ ਕਰ, ਬੂਹੇ ਸਵਰਗ ਦੀ ਸਾਡੇ ਲਈ ਦੁਆ ਕਰ, ਤਾਰੇ ਵੱਡੇ ਵੇਲੇ ਦੀ ਸਾਡੇ ਲਈ ਦੁਆ ਕਰ, ਸਿਹਤ ਬਿਮਾਰਾਂ ਦੀ ਸਾਡੇ ਲਈ ਦੁਆ ਕਰ, ਆਪਣੇ ਗੁਨਾਹਗਾਰਾਂ ਦੀ ਸਾਡੇ ਲਈ ਦੁਆ ਕਰ, ਸਿਹਤ ਈਸਾਈਆਂ ਦੀ ਸਾਡੇ ਲਈ ਦੁਆ ਕਰ, ਮਹਾਰਾਣੀ ਫਰਿਸ਼ਤਿਆਂ ਦੀ ਸਾਡੇ ਲਈ ਦੁਆ ਕਰ, ਮਹਾਰਾਣੀ ਵੱਡੇ ਵਡੇਰਿਆਂ ਦੀ ਸਾਡੇ ਲਈ ਦੁਆ ਕਰ, ਮਹਾਰਾਣੀ ਪੈਗੰਬਰਾਂ ਦੀ ਸਾਡੇ ਲਈ ਦੁਆ ਕਰ, ਮਹਾਰਾਣੀ ਰਸੂਲਾਂ ਦੀ ਸਾਡੇ ਲਈ ਦੁਆ ਕਰ, ਮਹਾਰਾਣੀ ਸ਼ਹੀਦਾਂ ਦੀ ਸਾਡੇ ਲਈ ਦੁਆ ਕਰ, ਮਹਾਰਾਣੀ ਧਰਮੀਆਂ ਦੀ ਸਾਡੇ ਲਈ ਦੁਆ ਕਰ, ਮਹਾਰਾਣੀ ਕੁਆਰੀਆਂ ਦੀ ਸਾਡੇ ਲਈ ਦੁਆ ਕਰ,
ਮਹਾਰਾਣੀ ਸਾਰੇ ਸੰਤਾਂ ਤੇ ਸੰਤਰੀਆਂ ਦੀ ਸਾਡੇ ਲਈ ਦੁਆ ਕਰ। ਐ ਮਹਾਰਾਣੀ ਜੋ ਬੇਦਾ ਗਰਭ ਵਿੱਚ ਪਈ ਸਾਡੇ ਲਈ ਦੁਆ ਕਰ। ਐ ਮਹਾਰਾਣੀ ਜੋ ਜਿਸਮ ਸਮੇਤ ਸਵਰਗ ਵਿੱਚ ਚੜਾਈ ਹੋਈ ਸਾਡੇ ਲਈ ਦੁਆ ਕਰ। ਐ ਮਹਾਰਾਣੀ ਪਵਿੱਤਰ ਰੋਸਰੀ ਦੀ ਸਾਡੇ ਲਈ ਦੁਆ ਕਰ। ਐ ਮਹਾਰਾਣੀ ਸ਼ਾਂਤੀ ਦੀ ਸਾਡੇ ਲਈ ਦੁਆ ਕਰ। ਐ ਮਹਾਰਾਣੀ ਸਾਰੇ ਦੁਖੀ ਪਰਿਵਾਰਾਂ ਦੀ ਸਾਡੇ ਲਈ ਦੁਆ ਕਰ। ਐ ਮਹਾਰਾਣੀ ਯਿਸੂ ਮਸੀਹ ਪਵਨ ਦੀ ਸਾਡੇ ਲਈ ਦੁਆ ਕਰ। ਐ ਲੀਲੀ ਖੁਦਾ ਦੇ ਤੂੰ ਜੋ ਦੁਨੀਆਂ ਦੇ ਪਾਪ ਚੁੱਕ ਲਿਆ ਜਾਂਦਾ ਹੈ ਸਾਨੂੰ ਬਚਾਏ ਰੱਬਾ। ਐ ਲੀਲੀ ਖੁਦਾ ਦੇ ਤੂੰ ਜੋ ਦੁਨੀਆਂ ਦੇ ਪਾਪ ਚੁੱਕ ਲਿਆ ਜਾਂਦਾ ਹੈ ਸਾਡੀ ਬੇਨਤੀ ਨੂੰ ਪ੍ਰਵਾਨ ਕਰ ਰੱਬਾ। ਐ ਲੀਲੀ ਖੁਦਾ ਦੇ ਤੂੰ ਜੋ ਦੁਨੀਆਂ ਦੇ ਪਾਪ ਚੁੱਕ ਲਿਆ ਜਾਂਦਾ ਹੈ ਸਾਡੇ ਤੇ ਦਇਆ ਕਰ। ਸਲਾਮ ਐ ਰਾਣੀ ਰਹਿਮ ਦੀ ਮਾਂ ਸਾਡੀ ਜ਼ਿੰਦਗੀ ਖੁਸ਼ੀ ਉਮੀਦ ਸਲਾਮ ਅਸੀਂ ਰੇਸ਼ੋ ਕਟੇ ਹੋਏ ਦੀ ਸੰਤਾਨ ਤੇਰੇ ਕੀ ਪੁਕਾਰਦੇ ਹਾਂ ਅਸੀਂ ਇਸ ਕਮਾ ਦੀ ਦੁਨੀਆਂ ਵਿੱਚ ਰੋਂਦੇ ਤੇ ਪਿੱਟੇ ਹੋਏ ਤੇਰੇ ਕੇ ਹੁਕਮ ਪਰਦੇ ਹਾਂ ਹੁਣ ਐ ਸਾਡੇ ਵਕੀਲਾ ਆਪਣੀ ਰਹਿਮ ਦੀ ਨਜ਼ਰ ਨਾਲ ਸਾਡੇ ਵੱਲ ਧਿਆਨ ਕਰ ਨਾਲੇ ਸਾਡੇ ਦੇਸ਼ ਨਿਕਾਲ ਦੇ ਪਿੱਛੋਂ ਆਪਣੇ ਬੇਟਾ ਮੁਬਾਰਕ ਫਲ ਯਿਸੂ ਸਾਨੂੰ ਵੀ ਕਾਲ ਅਸੀਂ ਪ੍ਰਾਰਥਨਾ ਕਰੀਏ ਅਸੀਂ ਤੇਰੇ ਬੱਚੇ ਤੇਰੇ ਅੱਗੇ ਨਿਆਉਂਦੇ ਹਾਂ ਐ ਪ੍ਰਭੂ ਖੁਦਾ ਤੂੰ ਕਿਰਪਾ ਕਰਕੇ ਸਾਡੇ ਤਨ ਮਨ ਨੂੰ ਲਗਾਤਾਰ ਤੰਦਰੁਸਤੀ ਦੇ ਨਾਲ ਤਨ ਸਦਾ ਕੁਵਾਰੀ ਮਾਂ ਮਰਿਯਮ ਦੀ ਸ਼ਿਫਾ ਸਦਕੇ ਤੂੰ ਸਾਨੂੰ ਵਰਤਮਾਨ ਦੁੱਖੋਂ ਤੋਂ ਛੁੜਾ ਅਤੇ ਸੰਦੀ ਵੀ ਆਨੰਦ ਵਿੱਚ ਪਹੁੰਚਾ ਦੇ ਅਸੀਂ ਇਹ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਦੁਆ ਯਾਦ ਕਰ ਕਰਨ ਹੈ ਤੇ ਮਿਹਰਬਾਨ ਕੁਵਾਰੀ ਮਾਂ ਮਰਿਯਮ ਭਾਈ ਕਦੀ ਨਹੀਂ ਸੁਣਿਆ ਗਿਆ ਕੋਈ ਵੀ ਤੇਰੀ ਪਨਾਹ ਲੱਭਦੇ ਆ ਤੇਰੀ ਮਦਦ ਚਾਹੁੰਦੇ ਆ ਤੇਰੀ ਸਿਫਾਰਿਸ਼ ਮੰਗਦੇ ਆ ਤੇਰੇ ਤੋਂ ਖਾਲੀ ਗਿਆ ਹੋਵੇ ਐ ਕੁਵਾਰੀ ਕੁਵਾਰੀਆਂ ਦੀ ਅਤੇ ਮੇਰੀ ਮਾਂ ਮੈਂ ਤਸੱਲੀ ਨਾਲ ਤੇਰੀ ਗੱਲ ਨਸੀ ਆਉਂਦੀ ਹਾਂ ਤੇਰੇ ਅੱਗੇ ਖਲੋ ਕੇ ਮੈਂ ਗਨਾਈ ਰੋਂਦੀ ਹਾਂ ਐ ਦੀ ਤਾਰੀ ਹੋਈ ਕਲਾਮ ਦੀ ਮਾਂ ਮੇਰੀ ਅਰਜ਼ਨ ਕੀ ਨਾ ਜਾਣ ਸਗੋਂ ਮਿਹਰਬਾਨੀ ਨਾਲ ਸੁਣ ਤੇ ਕਬੂਲ ਕਰੀ ਆਮੀਨ। ਬਾਪ ਅਤੇ ਬੇਟੇ ਅਤੇ ਪਾਕ ਦੀ ਵਡਿਆਈ ਹੋਵੇ ਜਿਹੜੀ ਮੁੰਡਾ ਸੀ ਉਹਦੇ ਹਮੇਸ਼ਾ ਹੋਵੇਗੀ ਆਮੀਨ। ਬਾਪ ਅਤੇ ਬੇਟੇ ਅਤੇ ਪਾਕ ਦੀ ਵਡਿਆਈ ਹੋਵੇ ਜਿਹੜੀ ਮੁੰਡਾ ਸੀ ਉਹਦੇ ਹਮੇਸ਼ਾ ਹੋਵੇਗੀ ਆਮੀਨ। ਬਾਪ ਅਤੇ ਬੇਟੇ ਅਤੇ ਪਾਕ ਦੀ ਵਡਿਆਈ ਹੋਵੇ ਜਿਹੜੀ ਮੁੰਡਾ ਸੀ ਉਹਦੇ ਹਮੇਸ਼ਾ ਹੋਵੇਗੀ।